ਬੀ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਖਾਤੋਂ ਬਟਵਾਲਾ ਔਰ ਸਾਡਾ ਜਿਹੜਾ ਸਕੂਲ ਹੈ ਹੁਣ ਸਮਾਰਟ ਬਣ ਚੁੱਕਿਆ ਤੁਸੀਂ ਦੇਖ ਰਹੇ ਹੋ ਔਰ ਅੱਜ ਅਸੀਂ ਦਾਖਲਾ ਰੈਲੀ ਦੇ ਲਈ ਗਏ ਸੀਗੇ ਪਿੰਡ ਦੇ ਵਿੱਚ ਔਰ ਅਸੀਂ ਪੇਰੈਂਟਸ ਨੂੰ ਦੱਸ ਕੇ ਆਏ ਹਾਂ ਕਿਉਂਕਿ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਜਿਹੜਾ ਰੁਝਾਨ ਹੈਗਾ ਜਾਂ ਮੈਂ ਗੱਲ ਕਰਾਂ ਸਰਕਾਰੀ ਸਕੂਲ ਦੀਆਂ ਸਹੂਲਤਾਂ ਦੀ ਜਾਂ ਸਰਕਾਰੀ ਸਕੂਲਾਂ ਦੀ ਹਾਰ ਜਿਹੜੀ ਬਦਲੀ ਹੈਗੀ ਆ। ਅੱਛਾ ਜੀ ਮੈਡਮ, ਦੇਖਣ ਨੂੰ ਕਾਫੀ ਅੱਛਾ ਮਾਹੌਲ ਬਣਦਾ ਸਕੂਲ ਦਾ, ਸ਼ਹਿਰ ਵਿੱਚ ਕਿੰਨੇ ਸਕੂਲ ਹੋਣਗੇ ਕੁਛ ਇੱਦਾਂ ਦੇ ਅਤੇ ਕਿਹਦਾ ਯੋਗਦਾਨ ਰਿਹਾ ਸਕੂਲ ਦੇ? ਦੇਖੋ ਜੀ, ਜੇਕਰ ਮੈਂ ਸਕੂਲ ਨੂੰ ਸਮਾਰਟ ਬਣਾਉਣ ਦੀ ਗੱਲ ਕਰਾਂ ਤਾਂ ਸਮੇਂ ਸਮੇਂ 'ਤੇ ਸਾਡੀ ਕਮਿਊਨਿਟੀ ਦਾ ਔਰ ਸਾਡੇ ਪਿੰਡ ਦੇ ਵਿੱਚ ਸਰਦਾਰ ਹਰਦਿਆਲ ਸਿੰਘ ਜੌਲ ਨੇ ਜੋ NRA ਨੇ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਆਪਣੇ ਸਕੂਲ ਨੂੰ ਸਮਾਰਟ ਬਣਾਉਣ ਦੇ ਲਈ ਔਰ ਸਾਨੂੰ ਸਰਕਾਰ ਵੱਲੋਂ ਵੀ ਸਹੂਲਤਾਂ ਮਿਲ ਰਹੀਆਂ ਨੇ ਜਿਸ ਤਰ੍ਹਾਂ ਹੁਣ ਸਾਨੂੰ 25,000 ਰੁਪਇਆ ਮੇਨਟੇਨੈਂਸ ਗ੍ਰਾਂਟ ਆਈ ਹੈਗੀ ਹੈ, 19,000 ਰੁਪਇਆ ਸਾਨੂੰ ਪ੍ਰੀ ਪ੍ਰਾਇਮਰੀ ਦੇ ਝੂਲਿਆਂ ਦੇ ਲਈ ਆਇਆ ਸੀਗਾ ਜਾਂ ਫਿਰ ਸਾਨੂੰ ਗ੍ਰੀਨ ਬੋਰਡ ਜਿਹੜੇ ਨੇ ਸਾਨੂੰ ਐਜੂਕੇਸ਼ਨ ਡਿਪਾਰਟਮੈਂਟ ਦੀ ਤਰਫੋਂ ਆਏ ਨੇ ਔਰ ਕਲਰਫੁਲ ਬੈਂਚ ਤੁਹਾਨੂੰ ਦਿਖਾਉਂਦੇ ਹੁਣ ਅਸੀਂ ਕਲਾਸਿਸ 'ਤੇ ਜਾ ਕੇ ਉਹ ਸਾਨੂੰ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਔਰ ਸਮੇਂ ਸਮੇਂ 'ਤੇ ਜਿੰਨੀਆਂ ਵੀ ਸਰਕਾਰ ਵੱਲੋਂ ਸਹੂਲਤਾਂ ਆਉਂਦੀਆਂ ਨੇ ਸਾਰੀਆਂ ਹੀ ਸਾਨੂੰ ਮਿਲਦੀਆਂ ਨੇ ਔਰ ਅਸੀਂ ਇੰਪਲੀਮੈਂਟ ਕਰਦੇ ਹੈਗੇ ਹਾਂ ਆਪਣੇ ਇਹਨਾਂ ਸਕੂਲਾਂ ਦੇ ਵਿੱਚ ਅਤੇ ਜਿੱਥੋਂ ਤੱਕ ਆਪਣਾ ਯੋਗਦਾਨ ਹੈਗਾ ਅਸੀਂ ਆਪਣੀ ਪੋਕਟ ਦੇ ਵਿੱਚੋਂ ਵੀ ਖਰਚ ਕਰ ਲਈਦਾ ਹੈਗਾ ਔਰ ਬੱਚਿਆਂ ਦੇ ਲਈ ਵੱਧ ਤੋਂ ਵੱਧ ਜਿਹੜਾ ਹੈਗਾ ਅਸੀਂ ਵਧੀਆ ਸਿੱਖਿਆ ਜਿਹੜੀ ਹੈ ਮੁਹੱਈਆ ਕਰਵਾ ਰਹੇ ਹਾਂ ਔਰ ਪ੍ਰਾਈਵੇਟ ਸਕੂਲਾਂ ਨੂੰ ਮਾਰ ਰਹੇ ਹਾਂ। ਕਾਫੀ ਅੱਛਾ ਸਕੂਲ ਹੈ, ਕੀ ਪ੍ਰੋਵਾਈਡ ਕਰਾ ਰਹੇ ਹੋ? ਸਮਾਰਟ ਸਕੂਲ ਹੈ, ਟੀਵੀ ਪੈਨਲ ਵੀ ਲੱਗੇ ਆ ਸਭ, ਇਹਦੇ ਵਿੱਚ ਤੁਸੀਂ ਬੱਚਿਆਂ ਨੂੰ ਕੀ ਪ੍ਰੋਵਾਈਡ ਕਰਾ ਰਹੇ ਹੋ? ਕਿੱਦਾਂ ਦੀ ਸਟੱਡੀ ਕਰਾ ਰਹੇ ਹੋ? ਸਟੱਡੀ ਦੇ ਨਾਲ ਨਾਲ ਤੁਸੀਂ ਖੇਡ ਦਾ ਕਰਾ ਰਹੇ ਹੋ, ਮਿਡ ਡੇ ਦਾ ਕਰਾ ਰਹੇ ਹੋ? ਆਓ ਅਸੀਂ ਤੁਹਾਨੂੰ ਆਪ ਹੀ ਦਿਖਾ ਦਿੰਦੇ ਹਾਂ ਕਿਉਂਕਿ ਬੱਚੇ ਖੇਡ ਰਹੇ ਆ, ਸਾਨੂੰ ਜਿਹੜੇ ਝੂਲੇ ਹੈਗੇ ਆ ਸਾਨੂੰ ਗਵਰਨਮੈਂਟ ਵੱਲੋਂ ਆਏ ਆ, ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਕਾਫੀ ਅੱਛਾ ਮਾਹੌਲ ਹੈ ਸਕੂਲ ਦਾ, ਦੇਖੋ ਬੱਚੇ ਖੇਡ ਰਹੇ ਆ, ਸਮਾਰਟ ਸਕੂਲ ਚੱਲ ਰਿਹਾ ਕਲਾਸਾਂ। ਮੈਡਮ ਇੱਥੋਂ ਦਾ ਖਾਣਾ ਜਿਹੜਾ ਵਾ ਉਹ ਡੇ ਵਾਈਜ਼? ਹਾਂਜੀ, ਸਾਡਾ ਮੈਨੂ ਹੈਗਾ ਔਰ ਪ੍ਰੋਪਰ ਮੈਨੂ ਦੇ ਅਕੋਰਡਿੰਗਲੀ ਅਸੀਂ ਜਿਹੜਾ ਬੱਚਿਆਂ ਨੂੰ ਖਾਣਾ ਉਹ ਖਾਣਾ ਪ੍ਰਬੰਧਨ ਕਰਦਾ। ਅੱਜ ਤੁਸੀਂ ਪਿੰਡਾਂ 'ਚ ਨਿਕਲੇ ਸੀਗੇ ਦਾਖਲਾ ਅਤੇ ਅਤੇ ਕਿੰਨੇ ਕੁ ਬੱਚਿਆਂ ਨੇ ਕਿੱਦਾਂ ਪੇਰੈਂਟਸ ਨੇ ਤੁਹਾਨੂੰ ਰਿਸਪੋਂਸ ਦਿੱਤਾ? ਦੇਖੋ ਜੀ, ਸਾਡਾ ਪਲੱਸ ਪੁਆਇੰਟ ਇਹ ਰਿਹਾ ਕਿ ਜਿਹੜੇ ਬੱਚੇ ਸਾਡੇ ਕੋਲ ਪੜ੍ਹਦੇ ਹੈਗੇ ਆ ਮੇਨਲੀ ਜਿਹੜੇ ਪ੍ਰੈਜੈਂਟਲੀ ਸਾਡੇ ਸਟੂਡੈਂਟ ਹੈਗੇ ਆ ਉਹ ਕਿਉਂਕਿ ਬੱਚੇ ਚਲਦੀ ਫਿਰਦੀ ਅਖਬਾਰ ਹੁੰਦੇ ਆ ਅਸੀਂ ਮੰਨ ਕੇ ਚੱਲਦੇ ਹਾਂ ਔਰ ਬੱਚੇ ਜਦੋਂ ਸਕੂਲ ਦੀਆਂ ਗੱਲਾਂ ਘਰ ਜਾ ਕੇ ਦੱਸਦੇ ਆ ਤਾਂ ਸਾਡਾ ਬੜਾ ਪੋਜ਼ੀਟਿਵ ਜਿਹਾ ਜਿਹੜਾ ਇੰਪੈਕਟ ਹੈਗਾ ਸਾਡਾ ਪਿੰਡ ਦੇ ਵਿੱਚ ਸੀਗਾ ਔਰ ਜਦੋਂ ਅਸੀਂ ਪਿੰਡ ਸਾਨੂੰ ਪੇਰੈਂਟਸ ਨੇ ਬੈਠਕਾਂ ਮਾਰੀਆਂ ਔਰ ਨਾਲ ਦੇ ਨਾਲ ਜਿਹੜੀ ਸਾਡੀ ਫੀਡਬੈਕ ਗਈ ਹੈ ਆਪਣੇ ਜਿਹੜਾ ਅਸੀਂ ਬੱਚਿਆਂ ਨੂੰ ਪੜ੍ਹਾਇਆ ਹੈਗਾ ਪਿੰਡ ਦੇ ਵਿੱਚ ਜਿਹੜੀ ਸਾਡੀ ਫੀਡਬੈਕ ਗਈ ਆ ਉਹ ਬਹੁਤ ਵਧੀਆ ਗਈ ਆ ਔਰ ਸਾਡੇ ਕੋਲ ਬਹੁਤ ਸਾਰੇ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਜਿਹੜੇ ਨੇ ਨਵੇਂ ਸੈਸ਼ਨ ਦੇ ਵਿੱਚ ਆ ਰਹੇ ਨੇ ਔਰ ਅਸੀਂ ਇਨਰੋਲ ਕਰਕੇ ਪ੍ਰੋਪਰ ਲੈ ਕੇ ਆਇਆ, ਮੈਂ ਤੁਹਾਨੂੰ ਰਜਿਸਟਰ ਵੀ ਵਿਖਾਉਂਦੀ ਹਾਂ ਅਸੀਂ ਨਾਮ ਲਿਖ ਕੇ ਲੈ ਕੇ ਆਇਆ ਔਰ ਪਿੱਛੇ ਵੀ ਸਾਡੇ ਲਗਭਗ ਹਰ ਸਾਲ ਹੀ ਜੋ ਹੈਗਾ ਮਤਲਬ ਅਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਆਪਣੇ ਸਕੂਲ ਦੇ ਵਿੱਚ ਇਨਰੋਲ ਕਰਦੇ ਹਾਂ। ਆਖਿਰ 'ਤੇ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਆਮ ਪਬਲਿਕ ਜਿੱਦਾਂ ਬੱਚੇ ਲੋਕਾਂ ਦੇ ਸਕੂਲ 'ਚ ਪ੍ਰਾਈਵੇਟ 'ਚ ਜਾਂਦੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਮਾਂ ਪਿਓ ਨੂੰ ਸਰਕਾਰੀ ਸਕੂਲ ਸਾਡਾ ਬਹੁਤ ਪਿਆਰ ਹੋ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ, ਅਪੀਲ ਕਰਨਾ ਚਾਹੁੰਦੀ ਹਾਂ, ਮੈਸੇਜ ਤਾਂ ਚਲੋ ਕੀ ਦੇਣਾ, ਮੈਂ ਸਭ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਹਾਡੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਸਾਡੇ ਇਸ ਪਿੰਡ ਨੂੰ ਮਤਲਬ ਸਾਡੇ ਸਕੂਲ ਨੂੰ 3 ਪਿੰਡ ਪੈਂਦੇ ਹੈਗੇ, 3 ਪਿੰਡਾਂ ਦਾ ਸਾਡਾ ਸਕੂਲ ਹੈਗਾ ਔਰ ਮੈਂ ਸਭ ਨੂੰ ਇਹ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਪ੍ਰਾਈਵੇਟ ਸਕੂਲਾਂ 'ਚ ਕਿੰਨੀਆਂ ਕਿੰਨੀਆਂ ਫੀਸਾਂ ਦਿੰਦੇ ਹੋ ਹੈ ਨਾ ਔਰ ਜਦੋਂ ਸਾਡੇ ਕੋਲ ਬੱਚੇ ਆਉਂਦੇ ਆ ਅਗਰ ਤਾਂ ਤੁਹਾਨੂੰ ਸਟੈਂਡਰਡ ਮਿਲ ਰਿਹਾ ਹੁੰਦਾ ਠੀਕ ਹੈ, ਤੁਹਾਡੇ ਬੱਚੇ ਚੱਲ ਰਹੇ ਆ, ਤੁਹਾਡੇ ਬੱਚੇ ਬਹੁਤ ਵਧੀਆ ਪੜ੍ਹ ਰਹੇ ਆ ਠੀਕ ਹੈ, ਜਦੋਂ ਬੱਚੇ ਇੰਨੇ ਇੰਨੇ ਪੇਰੈਂਟਸ ਨੋਰਮਲੀ ਤੁਸੀਂ ਦੇਖਿਆ ਹੀ ਆ ਸਾਡੇ ਨਾਲ ਕਿ ਕਿਸ ਤਰ੍ਹਾਂ ਦੇ ਘਰਾਂ ਦਾ ਮਾਹੌਲ ਹੈਗਾ ਜਿਹੜੇ ਬੱਚੇ ਸਾਡੇ ਘਰ ਆਉਂਦੇ ਆ ਔਰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਬੱਚੇ ਜਿਹੜੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਓ
ਤੁਹਾਨੂੰ ਹਰ ਚੀਜ਼ ਜੋ ਹੈ ਪ੍ਰੋਵਾਈਡ ਹੋਏਗੀ ਵਧੀਆ ਐਜੂਕੇਸ਼ਨ ਜਿੰਨੀਆਂ ਵੀ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਨੇ। ਈਵਨ ਅਸੀਂ ਹੁਣ ਨਵੇਂ ਸੈਸ਼ਨ ਤੋਂ ਇੰਗਲਿਸ਼ ਮੀਡੀਅਮ ਦੀ ਸ਼ੁਰੂਆਤ ਕਰ ਦਿੱਤੀ ਹੈ ਔਰ ਮੈਂ ਸਭ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਵੱਧ ਤੋਂ ਵੱਧ ਜਿਹੜੇ ਆਪਣੇ ਬੱਚੇ ਹੈਗੇ ਆ ਸਰਕਾਰੀ ਸਕੂਲ ਦੇ ਵਿੱਚ। ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹਰਦੋਬਥਵਾਲਾ ਗੁਰਦਾਸਪੁਰ 2 ਬਲਾਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਜੋ ਹੈ ਦਾਖਲਾ ਰੈਲੀ ਅਸੀਂ ਪੂਰੇ ਪਿੰਡ ਦੇ ਵਿੱਚ ਕੱਢ ਰਹੇ ਹਾਂ ਔਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਹੁਣ ਜਿਹੜਾ ਸਰਕਾਰੀ ਸਕੂਲਾਂ ਦੀ ਨੁਹਾਰ ਹੈ ਉਹ ਬਦਲ ਰਹੀ ਹੈ। ਬਹੁਤ ਸਾਰੇ ਜਿਹੜੇ ਸਕੂਲ ਨੇ ਉਹ ਸਮਾਰਟ ਬਣੇ ਨੇ ਔਰ ਸਕੂਲ ਸਮਾਰਟ ਬਣਨ ਕਰਕੇ ਔਰ ਜਿਹੜੀਆਂ ਵੀ ਸਾਨੂੰ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਨੇ ਉਹ ਮਿਲਣ ਕਰਕੇ ਸਰਕਾਰੀ ਸਕੂਲਾਂ ਦੀ ਜਿੱਥੇ ਨੁਹਾਰ ਬਦਲੀ ਹੈ ਉੱਥੇ ਸਾਡੇ ਇਨਰੋਲਮੈਂਟ ਦੇ ਵਿੱਚ ਵੀ ਬਹੁਤ ਫਰਕ ਆਇਆ ਹੈਗਾ ਔਰ ਅਸੀਂ ਇਹ ਅੱਜ ਇਸ ਪਿੰਡ ਦੇ ਲੋਕਾਂ ਨੂੰ ਇਹ ਗੱਲ ਅਵੇਅਰ ਕਰਨ ਦੇ ਲਈ ਆਏ ਹੈਗੇ ਹਾਂ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੁਹਾਡੇ ਬੱਚੇ ਜਾਂਦੇ ਹੈਗੇ ਆ ਉਹਨਾਂ ਨੂੰ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਭੇਜੋ ਜਿਹੜੀਆਂ ਤੁਸੀਂ ਇੰਨੀਆਂ ਉੱਥੇ ਫੀਸਾਂ ਦਿੰਦੇ ਹੋ ਉੱਥੇ ਸਾਡੇ ਸਰਕਾਰੀ ਸਕੂਲ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਜਿਸ ਤਰ੍ਹਾਂ ਅਸੀਂ ਪਿੱਛੇ ਬੈਨਰ ਵੀ ਲਗਾਇਆ ਹੈਗਾ ਕਿ ਸਾਡੇ ਸਕੂਲ ਦੇ ਵਿੱਚ ਦੁਪਹਿਰ ਦਾ ਖਾਣਾ ਫ੍ਰੀ ਮਿਲਦਾ ਹੈਗਾ ਸਾਲ ਦੇ ਵਿੱਚ ਮੈਡੀਕਲ ਬਹੁਤ 2-3 ਵਾਰ ਸਾਡਾ ਮੈਡੀਕਲ ਚੈੱਕਅਪ ਹੁੰਦਾ ਹੈਗਾ ਬੱਚਿਆਂ ਦੇ ਲਈ ਵਜ਼ੀਫੇ ਦੀਆਂ ਸਹੂਲਤਾਂ ਨੇ ਮੁਫਤ ਵਰਦੀਆਂ ਨੇ ਮੁਫਤ ਕਿਤਾਬਾਂ ਨੇ ਅੰਗਰੇਜ਼ੀ ਜਿਹੜੀ ਹੈਗੀ ਨਵੀਂ ਤਕਨੀਕ ਦੇ ਨਾਲ ਪੜ੍ਹਾਈ ਜਾਂਦੀ ਹੈਗੀ ਔਰ ਇਸ ਸਾਲ ਤੋਂ ਅਸੀਂ ਕਿਉਂਕਿ ਬੜੇ ਪੇਰੈਂਟਸ ਨੂੰ ਇਸ ਗੱਲ ਦੀ ਨਾ ਸ਼ਿਕਾਇਤ ਰਹਿੰਦੀ ਸੀਗੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਪੰਜਾਬੀ ਮੀਡੀਅਮ ਹੈ ਸੋ ਪੰਜਾਬੀ ਮੀਡੀਅਮ ਦੇ ਨਾਲ ਨਾਲ ਇਸ ਵਾਰ ਅਸੀਂ ਇੰਗਲਿਸ਼ ਮੀਡੀਅਮ ਦੀ ਜਿਹੜੀ ਹੈ ਉਹ ਵੀ ਸ਼ੁਰੂਆਤ ਕਰ ਦਿੱਤੀ ਹੈ ਔਰ ਕਹਿੰਦੇ ਨੇ ਕਿ ਸਬੂਤ ਦੀ ਲੋੜ ਨਹੀਂ ਹੁੰਦੀ ਸੱਚ ਨੂੰ ਇਹਨਾਂ ਪੇਰੈਂਟਸ ਨੂੰ ਅਸੀਂ ਇਹ ਕਹਿਣ ਆਏ ਹਾਂ ਕਿ ਬੇਸ਼ੱਕ ਤੁਸੀਂ ਸਾਡੇ ਸਕੂਲ ਵਿੱਚ ਆ ਕੇ ਕਿਸੇ ਵੀ ਸਮੇਂ ਆ ਕੇ ਬੱਚਿਆਂ ਦੇ ਨਾਲ ਗੱਲ ਕਰ ਸਕਦੇ ਹੋ ਬੱਚਿਆਂ ਦਾ ਕੌਨਫੀਡੈਂਸ ਲੈਵਲ ਦੇਖ ਸਕਦੇ ਹੋ ਕਿ ਬੱਚਿਆਂ ਦੇ ਵਿੱਚ ਔਰ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਔਰ ਸਰਕਾਰੀ ਸਕੂਲ ਦੇ ਬੱਚਿਆਂ ਵਿੱਚ ਕਿੰਨਾ ਕੁ ਫਰਕ ਪਿਆ ਹੈਗਾ ਔਰ ਜਿੱਥੇ ਬੱਚਿਆਂ ਦੇ ਖੇਡਣ ਲਈ ਸਾਡੇ ਕੋਲ ਸਮਾਨ ਹੈਗਾ ਬੱਚਿਆਂ ਦੇ ਲਈ ਵਧੀਆ ਫਰਨੀਚਰ ਹੈਗਾ ਸਾਡੇ ਕੋਲ ਗ੍ਰੀਨ ਬੋਰਡ ਹੈਗੇ ਆ ਕਲਰਫੁੱਲ ਬੈਂਚਸ ਬਣ ਸਾਡੇ ਸਕੂਲ ਦੇ ਵਿੱਚ ਹੈਗੇ ਆ ਈ ਕੰਟੈਂਟ ਦੇ ਨਾਲ ਪੜ੍ਹਾਈ ਕਰਵਾਈ ਜਾਂਦੀ ਹੈਗੀ ਹੈ ਜਿਹਦੇ ਵਿੱਚ ਸਾਡੀਆਂ ਡਿਜੀਟਲ ਕਲਾਸਿਸ ਨੇ ਔਰ ਇਸ ਤੋਂ ਇਲਾਵਾ ਜਿੰਨੀਆਂ ਵੀ ਗੱਲ ਕਿ ਸਹੂਲਤਾਂ ਨੇ ਸਰਕਾਰੀ ਜਿੰਨੀਆਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੈਸਿਲਿਟੀਜ਼ ਨੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਫੈਸਿਲਿਟੀਜ਼ ਨੇ ਅਤੇ ਅਸੀਂ ਸਿਰਫ ਇੱਕ ਇੱਕ ਜਾਗਰੂਕਤਾ ਮੁਹਿੰਮ ਜਿਹੜੀ ਹੈ ਉਹ ਚਲਾਈ ਹੈਗੀ ਔਰ ਨਾਲ ਦੇ ਨਾਲ ਸਾਡੇ ਕੋਲ ਬਹੁਤ ਸਾਰੇ ਜਿਹੜੇ ਪੇਰੈਂਟਸ ਨੇ ਉਹਨਾਂ ਨੇ ਉਹ ਇਨਰੋਲ ਵੀ ਕਰਵਾਏ ਹੈਗੇ ਆ ਬੱਚੇ ਬੱਚਿਆਂ ਦੇ ਨਾਮ ਦੱਸੇ ਨੇ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਔਰ ਪੇਰੈਂਟਸ ਜਿਹੜੇ ਪੇਰੈਂਟਸ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੇ ਉਹਨਾਂ ਪੇਰੈਂਟਸ ਨੇ ਸਾਨੂੰ ਬਹੁਤ ਅੱਛੇ ਵਿਊਜ਼ ਦਿੱਤੇ ਨੇ ਔਰ ਉਹ ਪੇਰੈਂਟਸ ਸਾਡੇ ਨਾਲ ਇਸ ਮੁਹਿੰਮ ਦੇ ਵਿੱਚ ਨਾਲ ਨੇ
ਕਿ ਉਹ ਬਾਕੀ ਦੇ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਨੇ ਔਰ ਅਸੀਂ ਘਰੋਂ ਘਰੀ ਜਾ ਕੇ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਤੁਸੀਂ ਪ੍ਰਾਈਵੇਟ ਸਕੂਲਾਂ ਦੀ ਲੁੱਟ ਖਸੁੱਟ ਤੋਂ ਬਚੋ ਔਰ ਆਪਣੇ ਬੱਚੇ ਜਿਹੜੇ ਨੇ ਮਿਆਰੀ ਸਿੱਖਿਆ ਦੇ ਲਈ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਓ। ਔਰ ਮੇਰੇ ਨਾਲ ਅੱਜ ਸਾਡਾ ਸਾਰਾ ਦਾ ਸਾਰਾ ਸਰਕਾਰੀ ਪ੍ਰਾਇਮਰੀ ਸਕੂਲ ਹਰਦੋ ਬਥਵਾਲਾ ਦਾ ਸਟਾਫ ਨਾਲ ਹੈ। ਅਸੀਂ ਡੋਰ ਟੂ ਡੋਰ ਜਿਹੜੀ ਮੁਹਿੰਮ ਹੈਗੀ ਆ ਹਰ ਇੱਕ ਦੇ ਮਤਲਬ ਘਰਾਂ ਦੇ ਵਿੱਚ ਜਾ ਰਹੇ ਹਾਂ, ਬੱਚਿਆਂ ਦੇ ਵਿਊਜ਼ ਲੈ ਰਹੇ ਹਾਂ, ਪੇਰੈਂਟਸ ਦੇ ਵਿਊਜ਼ ਲੈ ਰਹੇ ਹਾਂ ਔਰ ਨਾਲ ਦੇ ਨਾਲ ਉਹਨਾਂ ਦੀ ਜੇ ਕੋਈ ਸਲਾਹ ਮਸ਼ਵਰਾ ਸਾਨੂੰ ਦਿੰਦਾ ਕਿ ਨੈਕਸਟ ਈਅਰ ਤੋਂ ਇੱਦਾਂ ਕਰ ਲਓ, ਅਸੀਂ ਉਹਨੂੰ ਵੀ ਜੀ ਆਇਆਂ ਨੂੰ ਆਖ ਰਹੇ ਹਾਂ ਜੀ। ਸ਼ਿਕਵੇ ਸ਼ਿਕਾਇਤਾਂ ਦਾ ਵੀ ਵੈਲਕਮ ਹੈਗਾ ਜੀ ਔਰ ਇੱਕ ਮੁਹਿੰਮ ਹੈਗੀ ਹੈ ਜਿਸ ਤਰ੍ਹਾਂ ਸਾਨੂੰ ਪੇਰੈਂਟਸ ਕਹਿ ਰਹੇ ਨੇ ਜਾਂ ਅਸੀਂ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਉਹ ਆਪਣੇ ਬੱਚੇ